ਪਾਠ ਬੜਾ ਲੱਗ ਰਿਹਾ ਵੈਸੇ ਕੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਾਢੇ ਚਾਰ ਸਵਾ ਚਾਰ ਸਾਲ ਬਾਅਦ ਇੱਥੋਂ ਜੇਲ੍ਹ ਚੋਂ ਰਿਹਾ ਹੋਇਆ ਸਿੱਖ ਸੰਗਤ ਦਾ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬਾਇਜ਼ਤ ਬਾਹਰ ਭੇਜਿਆ ਸਿੱਖ ਕੌਮ ਬੇਘਰੀ ਆ ਇਹਦਾ ਘਰ ਕੋਈ ਨਹੀਂ ਔਰ ਸਿੱਖਾਂ ਨੂੰ ਆਪਣਾ ਘਰ ਚਾਹੀਦਾ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕਰਕੇ ਅਕਾਲ ਤਖ਼ਤ ਢਾਹ ਕੇ ਸੰਤ ਬਾਬਾ ਜਰਨੈਲ ਸਿੰਘ ਨੇ ਕਹਿਤਾ ਉਸ ਵੇਲੇ ਵੀ ਸਿੱਖਾਂ ਨੂੰ ਹੁਣ ਅੱਜ ਘਰ ਦੀ ਲੋੜ ਦਾ ਪਤਾ ਲੱਗ ਗਿਆ ਨੀਂਹ ਪੱਥਰ ਰੱਖਿਆ ਗਿਆ ਅਸੀਂ ਕੁਛ ਨਹੀਂ ਨਿਰਦੋਸ਼ੇ ਸੀ ਲੇਕਿਨ ਸਾਡੇ ਮਨ ਦੇ ਵਿੱਚ ਉਹ ਜਿਹੜੀ ਅੰਦਰ ਦੀ ਤੜਫ ਸੀ ਉਹ ਸੀ ਜੂ ਇਸ ਕਰਕੇ ਸਾਨੂੰ ਨਿਰਦੋਸ਼ਿਆਂ ਨੂੰ ਦਸ ਬੰਦਿਆਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਇਹ ਜਾਲਮ ਸਰਕਾਰ ਨੇ ਫੜ ਕੇ ਅੰਦਰ ਦਿੱਤਾ ਵੱਖ ਵੱਖ ਥਾਵਾਂ ਤੇ ਸਾਨੂੰ ਟਾਰਚਰ ਕੀਤਾ ਜੇਲ੍ਹਾਂ ਚ ਭੇਜਿਆ ਜਦੋਂ ਜਮਾਨਤਾਂ ਹੋ ਜਾਂਦੀਆਂ ਰਹੀਆਂ ਤੇ ਉਹ ਕਹਿੰਦੇ ਇਹਨਾਂ ਨੂੰ ਵੱਡਾ ਸਾਰਾ ਗਿਫਟ ਦੇਣਾ ਸਾਨੂੰ ਗਿਫਟ ਦਿੱਤਾ ਗਿਆ ਸਾਡੇ ਤੇ ਮਿਹਰਬਾਨੀ ਇਹ ਕੀਤੀ ਕਿ ਸਾਡੇ ਤੇ ਬੈਂਕ ਡਾਕਾ ਪਾਤਾ ਅਸੀਂ 30 ਸਾਲ ਮੁਕਦਮਾ ਲੜਿਆ 30 ਸਾਲ ਚ ਬਾਦਲ 30 ਵਾਰੀ ਕਦੀ ਛੱਡ ਦਿਓ ਇਹਨਾਂ ਨੂੰ ਰੱਖ ਲਓ ਇਹਨਾਂ ਨੂੰ ਛੱਡ ਦਿਓ ਇਹਨਾਂ ਨੂੰ ਰੱਖ ਲਓ ਅਖੀਰ ਚ ਉਹਨੂੰ ਸਾਡੀ ਅੰਦਰ ਰੱਖਣ ਚ ਜ਼ਿਆਦਾ ਚੰਗਾ ਲੱਗਿਆ ਉਹਨੇ ਸਾਨੂੰ ਛੱਡਿਆ ਨਹੀਂ ਸੁਪਰੀਮ ਕੋਰਟ ਚ ਸਿੱਖ ਸੰਗਤ ਦੀਆਂ ਅਰਦਾਸਾਂ ਗੁਰੂ ਸਾਹਿਬ ਦੀ ਮਿਹਰ ਨਾਲ ਅਸੀਂ ਸਿੱਖ 10 ਦੇ 10 ਉੱਥੋਂ ਬਰੀ ਹੋ ਗਏ ਹੁਣ ਅਸੀਂ ਬਾਹਰ ਆਏ ਹਾਂ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਕਹਿੰਦਾ ਕਰੀਤੀਆਂ ਨਸ਼ੇ ਛੱਡ ਕੇ ਇਸ ਗੱਲ ਨੂੰ ਸੋਚ ਲਓ ਕਿ ਆਪਣਾ ਘਰ ਬਿਨਾਂ ਨਹੀਂ ਸਰਨਾ ਤੇ ਘਰ ਚਾਹੀਦਾ ਉਹ ਕੱਲਾ ਮੈਂ ਹੀ ਨਹੀਂ ਕਹਿੰਦਾ ਬਾਪ ਆਏ ਵਸਣਾ ਸਾਈ ਮੁਝੇ ਨਾ ਦੇ ਜੇ ਤੂੰ ਇਵੇਂ ਰੱਖ ਸੀ ਤੇ ਜੀ ਸਵੇਰੋਂ ਲੈ ਰਵਿਦਾਸ ਜੀ ਕਹਿੰਦੇ ਰਵਿਦਾਸ ਦਾਸ ਪਾਦੀਨ ਕੀ ਕੋਈ ਨਾ ਪੁੱਛੇ ਬਾਤ ਅਸੀਂ ਅਧੀਨਾਂ ਦੇ ਵੀ ਅਧੀਨ ਅਧੀਨਾਂ ਦੇ ਵੀ ਅਧੀਨ ਸਾਡੀ ਸਿੱਖਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਦੋਵੇਂ ਕਾਨੂੰਨ ਦੂਜਿਆਂ ਲਈ ਹੋਰ ਸਾਡੇ ਲਈ ਹੋਰ ਸਾਡੀ ਕਿਤੇ ਸੁਣਾਈ ਨਹੀਂ ਹੁੰਦੀ ਅਖੀਰ ਗੁਰੂ ਸਾਹਿਬ ਨੇ ਸਾਡੇ ਤੇ ਮਿਹਰ ਕੀਤੀ ਆ ਅਸੀਂ ਰਿਹਾ ਹੋਏ ਹਾਂ ਔਰ ਜੇ ਸੁਪਰੀਮ ਕੋਰਟ ਨੇ ਸਾਨੂੰ ਰਿਹਾ ਕੀਤਾ ਤੇ ਸੁਪਰੀਮ ਕੋਰਟ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਤੇਰੇ ਥੱਲੇ ਜਿਹੜੇ ਜੱਜ ਨਿਯੁਕਤ ਕੀਤੇ ਹੋਏ ਆ ਜਿਹੜੇ ਜਾਣ ਜਾਣ ਕੇ ਕਾਕੇ ਦਾ ਨਾਂ ਰੱਖ ਕੇ ਕਹਿੰਦੇ ਨੇ ਵੀ ਇਹਨਾਂ ਦੇ ਦਿਲ ਵਿੱਚ ਉਹ ਆ ਇਹਨਾਂ ਦੇ ਮਨ ਵਿੱਚ ਉਹ ਆ ਇਹ ਸਜ਼ਾ ਹੀ ਸਾਡੇ ਤੇ ਉਹਦਾ ਨਾਂ ਖਾਲਿਸਤਾਨ ਇਹ ਕਹਿੰਦਿਆਂ ਦੇ ਮਨ ਚ ਖਾਲਿਸਤਾਨ ਆ ਤਾਂ ਸਾਨੂੰ ਸਜ਼ਾ ਦਿੱਤੀ ਔਰ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ ਇਹਨਾਂ ਨੇ ਕੁਛ ਨਹੀਂ ਕਿਹਾ ਨਾ ਹੀ ਕਿਸੇ ਸਟੇਜ ਤੇ ਬੋਲੇ ਨਾ ਅਸੀਂ ਕੋਈ ਚਿੱਠੀ ਪੱਤਰ ਲਿਖਿਆ ਨਾ ਕੁਛ ਕਿਹਾ ਪਰ ਫਿਰ ਵੀ ਇੰਨੇ ਤਸੀਹੇ ਤੇ ਤਸ਼ੱਦਦ ਦਿੱਤੇ ਕਿਉਂਕਿ ਸਿੱਖਾਂ ਦੇ ਦਰਬਾਰ ਸਾਹਿਬ ਦੇ ਵਿੱਚ ਦਰਦ ਕਹਾਣੀ ਨੂੰ ਇਹ ਲੋਕਾਂ ਤੇ ਜਵਾਨੋ ਜਵਾਨੀ ਵੀ ਨਾ ਕਹਿਣ ਉਹ ਸਾਨੂੰ ਸਬਕ ਸਿਖਾਇਆ ਗਿਆ ਅੱਜ ਮੈਂ ਰਿਹਾ ਹੋਇਆ ਮੈਂ ਧੰਨਵਾਦ ਕਰਦਾ ਸਿੱਖ ਸੰਗਤ ਦਾ ਗੁਰੂ ਸਾਹਿਬ ਦਾ ਤੇ ਸੁਪਰੀਮ ਕੋਰਟ ਨੂੰ ਇਹ ਗੱਲ ਕਹਿੰਦਾ ਵੀ ਇਹ ਜਿਹੜੀ ਪ੍ਰਣਾਲੀ ਆ ਨਾ ਕਾਨੂੰਨ ਪ੍ਰਣਾਲੀ ਇਹਨੂੰ ਫਾਸਟ ਕੀਤਾ ਜਾਏ ਹਾਂਜੀ ਸਜ਼ਾ ਜਿਹੜੀ ਆ ਜੇ ਸਜ਼ਾ ਹੀ ਸੁਣਾਉਣੀ ਆ ਤਾਂ ਸਜ਼ਾ ਸੁਣਾਈ ਜੇ ਸਾਨੂੰ 30 ਸਾਲ ਬਾਅਦ ਫੈਸਲਾ ਮਿਲਿਆ ਸਾਡੀਆਂ ਜਵਾਨੀਆਂ ਰੋਲ ਦਿੱਤੀਆਂ ਅਸੀਂ ਬੁਢੇਪੇ ਚ ਔਖੇ ਟਾਈਮ ਦੇ ਵਿੱਚ ਆਪਣੀਆਂ ਜਾਨਾਂ ਮਸੀਹ ਬਚਾ ਕੇ ਆਪਣੀਆਂ ਦਵਾਈਆਂ ਖਾ ਕੇ ਬਾਹਰ ਨਿਕਲੇ ਹਾਂ ਤੇ ਕਿਸੇ ਅੱਗੇ ਹੱਥ ਨਹੀਂ ਅੱਡਿਆ ਤੇ ਨਾ ਅੱਡਣਾ ਬਾਹਰ ਦੇ ਵੀ ਲੋਕਾਂ ਨੂੰ ਇਹ ਮੈਂ ਅਪੀਲ ਕਰਦਾ ਵੀ ਜਿਹੜੇ ਲੋੜਵੰਦ ਨੇ ਐਵੇਂ ਉਹਨਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ ਜੇ ਮਿਲ ਵਰਗਾ ਇੱਕ ਮੋਟਰ ਵੈਂਡਰ ਜਿਹੜਾ ਉਹ ਲੜਾਈ ਲੜ ਸਕਦਾ ਤੇ ਬਾਕੀ ਕੌਮ ਵੀ ਲੜ ਸਕਦੀ ਆ ਘਰ ਸੋਚੋ ਨਸ਼ਾ ਛੱਡ ਦਿਓ
ਕੋਸ਼ਿਸ਼।